ਡਾ. ਨਰਿੰਦਰ ਸਿੰਘ ਕਪੂਰ ਦੀ ਪੁਸਤਕ ਬੂਹੇ ਬਾਰੀਆਂ ਦਾ ਲੇਖ ਹੈ ਜਦੋਂ ਸਾਲ 50ਵਾਂ ਚੜਦਾ ਹੈ ਜਦੋਂ ਕਿਸੇ ਦੀ ਉਮਰ 50 ਸਾਲ ਦੇ ਨੇੜੇ ਤੇੜੇ ਹੋਵੇ ਤਾਂ ਹਰ ਇੱਕ ਸੋਹਣੀ ਕੁੜੀ ਵਿੱਚੋਂ ਉਹਨੂੰ ਆਪਣੀ ਨੂੰ ਤੇ ਹਰ ਇੱਕ ਹੌਣ ਹਾਰ ਮੁੰਡੇ ਵਿੱਚੋਂ ਆਪਣਾ ਜਵਾਈ ਦਿਖਾਈ ਦੇਣ ਲੱਗ ਪੈਂਦਾ ਹੈ ਇਹ ਉਮਰ ਦਾ ਵਿਅਕਤੀ ਸਭ ਪਾਸਿਆਂ ਤੋਂ ਤਬਲੇ ਵਾਂਗ ਕੱਸਿਆ ਹੁੰਦਾ ਹੈ ਉਸ ਸਥਿਤੀ ਦਾ ਇਸ ਹੱਦ ਤੱਕ ਗੁਲਾਮ ਹੋ ਜਾਂਦਾ ਹੈ ਕਿ ਆਪਣੀ ਇੱਛਾ ਨਾਲ ਕੁਝ ਵੀ ਨਹੀਂ ਕਰ ਸਕਦਾ ਇਹ ਉਮਰ ਦਾ ਸਭ ਤੋਂ ਵੱਡਾ ਸੰਕਟ ਇਹ ਹੁੰਦਾ ਹੈ ਕਿ ਸੰਤਾਨ ਨੂੰ ਸਿਆਣਾ ਮੰਨਣ ਤੋਂ ਇਨਕਾਰ ਕਰਨ ਲੱਗ ਪੈਂਦੀ ਹੈ ਤੇ ਹਰ ਬੱਚਾ ਆਪਣੇ ਰਾਹ ਆਪ ਚੁਣਨਾ ਚਾਹੁੰਦਾ ਹੈ 50 ਸਾਲ ਦੀ ਉਮਰ ਦਾ ਵਿਅਕਤੀ ਨਵੀਂ ਪੀੜੀ ਦੇ ਨੁਕਸ ਕੱਢਦਾ ਪਰ ਅਸਲ 'ਚੋ ਆਪਣੀ ਘਟ ਗਈ ਸਰੀਰਕ ਸ਼ਕਤੀ ਦਾ ਹੀ ਰੋਣਾ ਰੋ ਰਿਹਾ ਹੁੰਦਾ ਹੈ ਬੱਚੇ ਸੋਚਣ ਲੱਗ ਪੈਂਦੇ ਆ ਕਿ ਉਹਨਾਂ ਦੇ ਮਾਪੇ ਉਨੇ ਸਿਆਣੇ ਨਹੀਂ ਜਿੰਨੇ ਹੋਣੇ ਚਾਹੀਦੇ ਹਨ ਪਰ ਮਾਪੇ ਜਾਣਦੇ ਹਨ ਕਿ ਉਹਨਾਂ ਦੀ ਸੰਤਾਨ ਸਭ ਯਤਨਾਂ ਦੇ ਬਾਵਜੂਦ ਸਿਆਣੀ ਨਹੀਂ ਬਣਾਈ ਜਾ ਸਕੀ ਪਰ ਮਾਪੇ ਜਾਣਦੇ ਹਨ ਕਿ ਉਹਨਾਂ ਦੀ ਸੰਤਾਨ ਸਭ ਯਤਨਾਂ ਦੇ ਬਾਵਜੂਦ ਸਿਆਣੀ ਨਹੀਂ ਬਣਾਈ ਜਾ ਸਕੀ ਇਹ ਉਮਰ ਚੀ ਗਿਆਨ ਹੁੰਦਾ ਹੈ ਕਿ ਬੱਚਿਆਂ ਦੀ ਸੋਚ ਮਾਪਿਆਂ ਦੀ ਸੋਚ ਨਾਲੋਂ ਕਿੰਨੀ ਵੱਖਰੀ ਹੈ ਜਦੋਂ ਕੋਈ ਵਿਅਕਤੀ 50 ਸਾਲ ਦੀ ਉਮਰ 'ਚ ਪਹੁੰਚਦਾ ਹੈ ਤਾਂ ਉਹਨੂੰ ਜੀਵਨ 'ਚ ਆਪਣੇ ਸਫਲ ਜਾਂ ਅਸਫਲ ਹੋਣ ਦਾ ਗਿਆਨ ਹੋ ਚੁੱਕਾ ਹੁੰਦਾ ਹੈ। ਉਹਨੂੰ ਇਹ ਵੀ ਪਤਾ ਲੱਗ ਚੁੱਕਾ ਹੁੰਦਾ ਹੈ ਕਿ ਹੁਣ ਉਹਨੂੰ ਖੁਸ਼ੀ ਦੇ ਮੌਕੇ ਪ੍ਰਾਪਤ ਨਹੀਂ ਹੋਣਗੇ, ਕੇਵਲ ਸਮੱਸਿਆਵਾਂ ਦਾ ਹੀ ਸਾਹਮਣਾ ਕਰਨਾ ਪਵੇਗਾ। ਬਾਰੂ ਪਾਵੇਂ ਕੋਈ ਕੁਝ ਕਹੀ ਜਾਏ ਅੰਦਰਖਾਤੇ ਮਨੁੱਖ ਨੂੰ ਆਪਣੀ ਢਲ ਦੀ ਸ਼ਕਤੀ ਦਾ ਗਿਆਨ ਹੋ ਚੁੱਕਾ ਹੁੰਦਾ ਹੈ। ਇਹੀ ਕਾਰਨ ਹੈ ਕਿ ਇਸ ਉਮਰ 'ਚ ਵਿਅਕਤੀ ਸ਼ੀਸ਼ੇ ਦੇ ਨੇੜੇ ਹੋ ਕੇ ਆਪਣਾ ਮੂੰਹ ਦੇਖਣ ਦੀ ਤਾਂ ਦੂਰੋਂ ਦੇਖ ਕੇ ਸੰਤੁਸ਼ਟ ਹੋ ਜਾਂਦਾ ਹੈ ਇਸ ਉਮਰ ਤੱਕ ਕਿਸੇ ਨਾ ਕਿਸੇ ਬਿਮਾਰੀ ਨੇ ਸਿਰ ਚੁੱਕ ਲਿਆ ਹੁੰਦਾ ਹੈ ਤੇ ਖੁਰਾਕ ਤੇ ਦਵਾਈਆਂ ਦੀ ਅਨੁਪਾਤ ਹਰ ਬੀਤ ਦੇ ਬਰੇ ਨਾਲ ਬਦਲਦੀ ਜਾਂਦੀ ਹੈ 50 ਸਾਲ ਤੱਕ ਦੀਆਂ ਬਹੁਤੀਆਂ ਬਿਮਾਰੀਆਂ ਲਾਗਦੀਆਂ ਬਿਮਾਰੀਆਂ ਹੁੰਦੀਆਂ ਹਨ ਜਿਹੜੀਆਂ ਦਵਾਈ ਲੈ ਬਿਨਾ ਵੀ ਆਰਾਮ ਕਰਨ ਨਾਲ ਠੀਕ ਹੋ ਜਾਂਦੀਆਂ ਹਨ ਪਰ ਇਸ ਉਮਰ ਤੋਂ ਮਗਰੋਂ ਦੀਆਂ ਬਿਮਾਰੀਆਂ ਸਰੀਰਕ ਪ੍ਰਬੰਧਤੀਆਂ ਬਿਮਾਰੀਆਂ ਹੁੰਦੀਆਂ ਹਨ ਜਿਨ੍ਹਾਂ ਨੇ ਠੀਕ ਨਹੀਂ ਹੋਣਾ ਹੁੰਦਾ ਬਾਕੀ ਦੇ ਜੀਵਨ 'ਚ ਇਹਨਾਂ ਬਿਮਾਰੀਆਂ ਨੇ ਨਾਲ ਨਿਭਣਾ ਹੁੰਦਾ ਹੈ। ਇਹ ਉਹ ਮੂਰ ਹੁੰਦੀ ਹੈ ਜਦੋਂ ਵਿਅਕਤੀ ਸੁਪਨਈ ਅੱਖਾਂ ਨਾਲ ਆਪਣੇ ਅਤੀਤ ਬਾਰੇ ਸੋਚਦਾ ਹੈ। ਦੂਰ ਲੰਘ ਗਈ ਜਵਾਨੀ ਦੀਆਂ ਆਪਣੀਆਂ ਪ੍ਰਾਪਤੀਆਂ ਨੂੰ ਯਾਦ ਕਰਕੇ ਉਹਨਾਂ ਪੁਰਸ਼ਾਂ ਤੇ ਇਸਤਰੀਆਂ ਨੂੰ ਯਾਦ ਕਰਦਾ ਹੈ ਜਿਨ੍ਹਾਂ ਨਾਲ ਉਹਨੇ ਚੁੰਮਣਾ, ਵਾਧਿਆਂ ਤੇ ਆਦਰਸ਼ਾਂ ਦਾ ਆਦਾਨ-ਪ੍ਰਦਾਨ ਕੀਤਾ ਸੀ ਤੇ ਜਿਨ੍ਹਾਂ ਨਾਲ ਵਿਆਹ ਹੁੰਦਾ ਹੁੰਦਾ ਰਹਿ ਗਿਆ ਸੀ। ਇਨ੍ਹਾਂ ਸਾਲਾਂ 'ਚ ਪਤੀ-ਪਤਨੀ ਦਾ ਰਿਸ਼ਤਾ ਨਵੇਂ ਦੌਰ 'ਚ ਦਾਖਲ ਹੁੰਦਾ ਹੈ। ਮਨੁੱਖ ਦੇ ਨਾ ਮਹੀਨਿਆਂ ਸਾਲਾਂ ਦੇ ਨਾਲ-ਨਾਲ ਦਹਾਕਿਆਂ ਵਿੱਚ ਵੀ ਜੀਉਂਦਾ ਹੈ। ਪੰਜਵੇਂ ਦਹਾਕੇ ਦੇ ਅੰਤ 'ਚ ਸਰੀਰਕ ਸਬੰਧਾਂ 'ਚ ਨਿਗ ਘਟ ਗਿਆ ਹੁੰਦਾ ਹੈ ਤੇ ਦੋਵੇਂ ਤਰ੍ਹਾਂ ਘਟੀ ਹੋਈ ਸਰੀਰਕ ਸ਼ਕਤੀ ਪਰ ਸੁਧਰੀ ਹੋਈ ਤਕਨੀਕ ਤੇ ਨਿਪੁੰਨਤਾ ਨਾਲ ਆਪਸੀ ਰਿਸ਼ਤੇ ਨੂੰ ਨਵੇਂ ਅਰਥ ਦੇਣ ਲੱਗ ਪੈਂਦੀਆਂ ਹਨ। 50 ਸਾਲ ਦੀ ਉਮਰ 'ਚ ਹਰ ਮਨੁੱਖ ਅਤੀਤ ਮੁਖੀ ਹੋ ਜਾਂਦਾ ਹੈ ਤੇ ਅਚੇਤ ਪੱਧਰ ਤੇ ਆਪਣੇ ਗੁਜ਼ਰੇ ਜ਼ਮਾਨੇ ਨੂੰ ਆਪਣੀ ਨਵੀਂ ਸਥਿਤੀ ਨਾਲ ਮਾਪਦਾ ਤੋਲਦਾ ਹੈ ਸਰੀਰ 'ਚ ਨਵੀਆਂ ਸਥਿਤੀਆਂ ਅਨੁਸਾਰ ਆਪਣੇ ਆਪ ਨੂੰ ਬਦਲਣ ਦੀ ਸ਼ਕਤੀ ਦੇ ਘਟ ਜਾਣ ਕਾਰਨ ਇਹ ਸਮਰਚ ਹਰ ਤਬਦੀਲੀ ਦੁੱਖ ਦਿੰਦੀ ਹੈ ਸੰਸਾਰ ਦੇ ਕਈ ਰੰਗ ਤਮਾਸ਼ੇ ਦੇਖਣ ਉਪਰੰਤ ਇਹ ਸਮਰਚ ਮਨੁੱਖ ਸਾਦਗੀ ਵੱਲ ਮੁੜਦਾ ਹੈ ਤੇ ਉਸ ਵਿੱਚ ਨਵੀਆਂ ਫੈਸ਼ਨਦਾਰ ਚੀਜ਼ਾਂ ਦੀ ਥਾਂ ਹੰਡ ਅਨਸਾਰ ਵਸਤੂਆਂ ਖਰੀਦਣ ਦੀ ਪ੍ਰਵਿਰਤੀ ਬਲਵਾਨ ਹੁੰਦੀ ਹੈ। ਇਸ ਉਮਰ ਤੱਕ ਜੇ ਆਪਣਾ ਮਕਾਨ ਨਹੀਂ ਉਸਾਰਿਆ ਗਿਆ ਤਾਂ ਇਹ ਸਮੱਸਿਆ ਮਨੁੱਖ ਨੂੰ ਦਿਨ ਰਾਤ ਚਿੰਮੜੀ ਰਹਿੰਦੀ ਹੈ। ਜਦੋਂ ਮਨੁੱਖ ਕੋਲ ਗਿਣਨ ਲਈ ਕੁਝ ਨਾ ਹੋਵੇ ਤਾਂ ਆਪਣੀ ਉਮਰ ਦੇ ਸਾਲ ਗਿਣਨ ਲੱਗ ਪੈਂਦਾ ਹੈ। ਜਿਉਂ-ਜਿਉਂ ਮਨੁੱਖ 'ਚ ਕੁਝ ਕਰਨ ਦੀ ਸ਼ਕਤੀ ਘਟਦੀ ਜਾਂਦੀ ਹੈ ਉਹ ਹਰ ਸਮੱਸਿਆ ਦੀਆਂ ਬਰੀਕੀਆਂ 'ਚ ਪੈਣ ਲੱਗ ਜਾਂਦਾ ਹੈ। ਉਹ ਆਪਣੇ ਆਪ ਨੂੰ ਸਮਝਾਉਂਦਾ ਹੈ ਕਿ ਆਪਣੇ ਆਪ ਨੂੰ ਹੋਰ ਤੋ ਖਾ ਦੇਣ ਦੀ ਲੋੜ ਨਹੀਂ ਜਵਾਨੀ ਗੁਜ਼ਰ ਗਈ ਹੈ ਤੇ ਬਹਾਰ ਲੰਘ ਗਈ ਹੈ ਪੰਜਾਹਾਂ ਦੀ ਉਮਰ 'ਚ ਮਨੁੱਖ ਆਰਾਮ ਕਰਨਾ ਚਾਹੁੰਦਾ ਪਰ ਇਸ ਉਮਰ 'ਚ ਆਰਾਮ ਵਰਜਿਤ ਹੁੰਦਾ ਹੈ ਬਹੁਤੇ ਲੋਕ ਪੰਜਾਹ ਸਾਲਾਂ ਦੇ ਹੋ ਜਾਂਦੇ ਹਨ ਪਰ ਬਹੁਤ ਘੱਟ ਲੋਕ ਜਾਣਦੇ ਹਨ ਕਿ 50 ਸਾਲਾਂ ਦਾ ਕਿਵੇਂ ਹੋਇਆ ਜਾਵੇ ਇਸੇ ਕਰਕੇ ਲਗਭਗ ਹਰ ਵਿਅਕਤੀ ਨੂੰ ਗਿਲਾ ਹੁੰਦਾ ਹੈ ਕਿ ਉਹ ਵਕਤ ਨਾਲੋਂ ਪਹਿਲਾਂ ਹੀ 50 ਤਾਂ ਹੋ ਗਿਆ ਹਰ ਕੋਈ ਲੰਮੀ ਉਮਰ ਭੋਗਣੀ ਚਾਹੁੰਦਾ ਪਰ ਕੋਈ ਵੀ ਬੁੱਢਾ ਨਹੀਂ ਹੋਣਾ ਚਾਹੁੰਦਾ ਜਵਾਨੀ ਚ ਮਨੁੱਖ ਪਿਆਰ ਦਾ ਭੁੱਖਾ ਹੁੰਦਾ ਹੈ ਜਦ ਕਿ 50 ਦੇ ਨੇੜੇ ਅੱਪੜ ਕੇ ਉਹ ਸਤਕਾਰ ਦੀ ਮੰਗ ਕਰਦਾ ਹੈ ਜਿਹੜੇ ਆਪਣੇ ਵਾਲ ਰੰਗਦੇ ਆ ਉਹਨਾਂ ਦੀ ਗੱਲਬਾਤ ਚ ਭੋਗ ਵਿਲਾਸ ਦੀ ਸ਼ਬਦਾਵਲੀ ਵੱਧ ਜਾਂਦੀ ਹੈ ਇਸ ਉਮਰ ਚ ਪਤਾ ਲੱਗ ਜਾਂਦਾ ਹੈ ਕਿ ਜ਼ਿੰਦਗੀ ਦੇ ਬਹੁਤੇ ਡਰ ਨਿਰਮੂਲ ਸਨ ਪਰ ਇਹ ਵੀ ਪਤਾ ਲੱਗ ਗਿਆ ਹੁੰਦਾ ਹੈ ਕਿ ਬਹੁਤੀਆਂ ਆਸਾਂ ਵੀ ਝੂਠੀਆਂ ਸਾਬਤ ਹੋਈਆਂ ਹਨ ਲਗਭਗ ਹਰ ਇੱਕ ਵਿਅਕਤੀ ਜੀਵਨ ਚ ਕਿਸੇ ਇੱਕ ਖੇਤਰ ਚ ਜਾਂਦਾ ਜਾਂਦਾ ਕਿਸੇ ਦੂਜੇ ਖੇਤਰ 'ਚ ਪ੍ਰਵੇਸ਼ ਕਰ ਜਾਂਦਾ ਹੈ ਪਰ ਇਸ ਉਮਰ 'ਚ ਮਨੁੱਖ ਸਾਰੀਆਂ ਤਬਦੀਲੀਆਂ ਨੂੰ ਕਿਸਮਤ ਦੇ ਗੇੜ ਮੰਨ ਕੇ ਸੰਤੁਸ਼ਟ ਹੁੰਦਾ ਹੈ ਨੌਕਰੀ 'ਚ ਲੱਗੇ ਵਿਅਕਤੀ ਆਪਣੀ ਨੌਕਰੀ ਦੇ ਖਤਮ ਹੋਣ ਬਾਰੇ ਸੋਚਣ ਲੱਗ ਪੈਂਦੇ ਹੈ ਪਹਿਲੇ ਕਿਸੇ ਵੀ ਸਮੇਂ ਨਾਲੋਂ ਇਸ ਉਮਰ 'ਚ ਵਿਅਕਤੀ ਨੂੰ ਬੜੀ ਸ਼ਿੱਦਤ ਨਾਲ ਗਿਆਨ ਹੁੰਦਾ ਹੈ ਕਿ ਮੌਤ ਬੜੀ ਵੱਡੀ ਸੱਚਾਈ ਹੈ ਜੇ ਮਾਪੇ ਜੀ ਹੁੰਦੇ ਹੈ ਤੇ ਉਹਨਾਂ ਦੇ ਅਕਾਲ ਚਲਾਣੇ ਬਾਰੇ ਵਿਚਾਰ ਜ਼ਰੂਰ ਆਉਣ ਲੱਗ ਪੈਂਦੇ ਹੈ ਇਕੱਲੇ ਰਹਿਣ ਵਾਲੇ ਵਿਅਕਤੀ ਇਸ ਉਮਰ 'ਚ ਬਹੁਤ ਉਦਾਸ ਹੁੰਦੇ ਆ। ਇਹ ਉਹ ਉਮਰ ਹੁੰਦੀ ਹੈ ਜਦੋਂ ਜਨਮ ਦਿਨ ਮਨਾਉਣਾ ਖੁਸ਼ੀ ਨਹੀਂ ਦਿੰਦਾ, ਦੁੱਖੀ ਕਰਦਾ ਹੈ। ਇਸ ਉਮਰ ਦਾ ਵਿਅਕਤੀ ਕਿਸੇ ਨੂੰ ਵੀ ਇਸ ਯੋਗ ਨਹੀਂ ਸਮਝਦਾ ਕਿ ਉਸ ਨਾਲ ਲੜਿਆ ਜਾਵੇ ਕਿਉਂਕਿ ਇਸ ਉਮਰ 'ਚ ਮਨੁੱਖ ਦੀ ਸੋਚ ਖਲਜਗਣਾ ਤੇ ਵੈਰ-ਵਿਰੋਧਾਂ ਤੋਂ ਬਚਣਾ ਚਾਹੁੰਦੀ ਹੈ। ਇਸ ਉਮਰ 'ਚ ਵਿਅਕਤੀ ਬਜਾਜ਼ਾਂ ਤੇ ਲਲਾਰੀਆਂ ਕੋਲ ਜਾਣਦੀ ਥਾਂ ਐਨਕ ਸਾਜ਼ਾਂ ਤੇ ਦੰਦ ਸਾਜ਼ਾਂ ਕੋਲ ਵਧੇਰੇ ਜਾਂਦਾ ਹੈ। ਜਵਾਨੀ 'ਚ ਮਨੁੱਖ ਨੂੰ ਖੁਸ਼ੀ ਖਾਣ-ਪੀਣ ਤੇ ਭੋਗ-ਵਿਲਾਸ ਤੋਂ ਮਿਲਦੀ ਹੈ ਪਰ ਪੰਜਾਹਾਂ ਦੇ ਨੇੜੇ ਅਪੜਕੇ ਮਨੁੱਖ ਦੀ ਖੁਸ਼ੀ ਦਾ ਦਾਦ ਅਰੂਸ ਉਸਾਰੀ ਜਾਇਦਾਦ ਤੇ ਜੋੜਿਆ ਹੋਇਆ ਧੰਨ ਹੋ ਜਾਂਦੀ ਹੈ ਜਵਾਨ ਜਲਦੀ ਨਰਾਜ਼ ਹੋ ਜਾਂਦੇ ਹੈ ਤੇ ਜਲਦੀ ਨਰਾਜ਼ਗੀ ਭੁੱਲ ਜਾਂਦੇ ਹੈ ਪਰ ਪੰਜਾਹਾਂ ਦੇ ਨੇੜੇ ਗੰਢਾਂ ਪੀਡੀਆਂ ਪੈ ਚੁੱਕੀਆਂ ਹੁੰਦੀਆਂ ਹਰ ਕੋਈ ਆਪਣੀਆਂ ਹੀ ਸਮੱਸਿਆਵਾਂ 'ਚ ਇਸ ਹੱਦ ਤੱਕ ਉਲਝਿਆ ਹੁੰਦਾ ਹੈ ਕਿ ਉਸ ਕੋਲ ਆਪਣੇ ਭੈਣ ਭਰਾਵਾਂ ਦੀ ਮਦਦ ਕਰਨ ਦੀ ਸਮਰੱਥਾ ਤੇ ਸਮਾਂ ਨਹੀਂ ਹੁੰਦਾ ਇਹ ਸਮਰਚ ਸਰੀਰਕ ਬਲ ਵਾਲੇ ਕੰਮ ਆਪਣੇ ਸੰਤਾਨ ਤੋਂ ਲੈ ਜਾਂਦੇ ਹਨ ਇਸ ਵੇਲੇ ਵਿਅਕਤੀ ਆਪਣੀ ਜਵਾਨੀ ਬਾਰੇ ਸੋਚਦਾ ਕਾਸ਼ ਜੇ ਉਸ ਵੇਲੇ ਅਕਲ ਹੁੰਦੀ ਇਸ ਉਮਰ ਬਾਰੇ ਕਿਹਾ ਜਾਂਦਾ ਹੈ ਕਿ ਅੱਖਾਂ 'ਚ ਸੁਪਨੇ ਹੁੰਦੇ ਆ ਪਰ ਜੋੜਾਂ 'ਚ ਦਰਦ ਵੱਧ ਗਿਆ ਹੁੰਦਾ ਹੈ ਜਿੰਨੀ ਸ਼ਿੱਦਤ ਨਾਲ ਗੋਡਿਆਂ ਦਾ ਦਰਦ ਸਾਨੂੰ ਆਪਣੇ ਬੁੱਢੇ ਹੋਣ ਦਾ ਗਿਆਨ ਦਿੰਦਾ ਹੈ ਸਰੀਰ ਦੀ ਹੋਰ ਕੋਈ ਤਕਲੀਫ ਨਹੀਂ ਦਿੰਦੀ 50 ਦੇ ਨੇੜੇ ਆਪਣੀ ਮਰ ਗਈ ਸੰਤਾਨ ਨੂੰ ਬਹੁਤ ਯਾਦ ਕੀਤਾ ਜਾਂਦਾ ਹੈ ਕਿਉਂਕਿ ਇਸ ਵੇਲੇ ਉਸ ਮਰੇ ਬੱਚੇ ਦੇ ਹਾਣ ਦੇ ਵਿਅਕਤੀਆਂ ਦੇ ਵਿਆਹ ਹੋ ਰਹੇ ਹੁੰਦੇ ਆ ਤੇ ਉਹ ਪਰਵਾਨ ਛੱਡ ਰਹੇ ਹੁੰਦੇ ਆ ਜਿਨ੍ਹਾਂ ਦੇ ਕੇਵਲ ਧੀਆ ਹੁੰਦੀਆਂ ਉਹ ਇਸ ਉਮਰ 'ਚ ਹਾਰੇ ਹੋਏ ਵਿਅਕਤੀਆਂ ਵਾਂਗ ਵਿਚਰਦੇ ਆ ਉਹੀ ਜਾਣਦੇ ਆ ਕਿ ਭਵਿੱਖ ਦੀ ਚਿੰਤਾ ਸੰਬੰਧੀ ਉਨਾ ਨਾਲ ਕੀ ਬੀਤਰੀ ਹੁੰਦੀ ਹੈ ਇਹ ਉਮਰ ਚ ਮੂਰਖਾਂ ਤੋਂ ਸਵਾਏ ਸਾਰੇ ਗੰਭੀਰ ਹੋ ਜਾਂਦੇ ਪੰਜਾਹਾਂ ਦੇ ਨੇੜੇ ਮਨੁੱਖ ਗੱਲਾਂ ਕਰਨ ਦੀ ਥਾਂ ਕਹਾਣੀਆਂ ਸੁਣਾਉਣ ਲੱਗ ਪੈਂਦਾ ਜਵਾਨੀ ਚ ਮਨੁੱਖ ਸੋਚਦਾ ਮੈਂ ਕੀ ਨਹੀਂ ਤੇ ਪੰਜਾਹਾਂ ਚ ਉਹ ਸੋਚਦਾ ਮੈਂ ਕੀ ਹਾਂ ਮੈਂ ਤਾਂ ਕੁਝ ਵੀ ਨਹੀਂ ਇਹ ਉਮਰ ਚ ਗੱਲਾਂ ਕਰਨ ਦੀ ਆਦਤ ਵੱਜ ਜਾਂਦੀ ਹੈ ਇਸ ਉਮਰ ਦੇ ਵਿਅਕਤੀ ਨੂੰ ਇਹ ਜਾਣ ਕੇ ਦੁੱਖ ਹੁੰਦਾ ਹੈ ਕਿ ਕੋਈ ਉਹਦੇ ਲੰਮੇ ਜੀਵਨ ਅਨੁਭਵ ਤੋਂ ਲਾਭ ਉਠਾਉਣ ਲਈ ਤਿਆਰ ਨਹੀਂ ਇਸ ਉਮਰ 'ਚ ਦੂਜਿਆਂ ਦਾ ਧਿਆਨ ਖਿੱਚਣ ਦੀ ਲਾਲਸਾ ਘਟ ਜਾਂਦੀ ਹੈ। ਬਧੇਰੇ ਤਸੱਲੀ ਆਪਣੇ ਕੰਮ 'ਚੋਂ ਮਿਲਣ ਲੱਗ ਪੈਂਦੀ ਹੈ। ਇਸ ਉਮਰ 'ਚ ਪਹਿਰਾਵਾ ਵੀ ਬਦਲ ਜਾਂਦਾ ਹੈ। ਹਰ ਇੱਕ ਵਿਅਕਤੀ ਦੇ ਖਾਣ-ਪੀਣ ਬਾਰੇ ਵੀ ਕੁਝ ਨਵੇਂ ਅਸੂਲ ਬਣ ਜਾਂਦੇ ਆ। ਇਸ ਉਮਰ ਦੇ ਵਿਅਕਤੀ ਵਿਧੇਰੇ ਇਤਰਾਜ਼ ਕਰਦੇ ਆ, ਧੇਰ ਨਾਲ ਫੈਸਲਾ ਕਰਦੇ ਆ। ਨਵੀਂ ਚੀਜ਼ ਨੂੰ ਸੌਖਿਆਂ ਸਵੀਕਾਰ ਨਹੀਂ ਕਰਦੇ ਤੇ ਕੋਈ ਕੰਮ ਗਲਤ ਹੋਣ ਤੇ ਝਟ ਪਛਤਾਉਣ ਲੱਗ ਪੈਂਦੇ ਆ। ਕਹਿੰਦੇ ਹੈ ਕਿ ਸਮਰਛਿਤ ਜਵਾਨੀ ਦੇ ਬੀਤ ਜਾਣ ਕਾਰਨ ਹਿੰਮਤ ਵਾਂਗ ਕਿਸੇ ਨੂੰ ਪਰਮਾਉਣ ਦੀ ਸ਼ਕਤੀ ਵੀ ਘਟ ਜਾਂਦੀ ਹੈ ਸੋ ਉਹ ਕੰਮ ਬਿਲਕੁਲ ਨਹੀਂ ਕਰਨੇ ਚਾਹੀਦੇ ਜਿਨ੍ਹਾਂ ਨੂੰ ਕਰਕੇ ਸ਼ਰਮਸਾਰ ਹੋਣਾ ਪਵੇ ਜੇ ਜਵਾਨ ਵਿਅਕਤੀ ਕੁਝ ਭੁੱਲ ਜਾਏ ਤਾਂ ਕਹਿ ਦਿੱਤਾ ਜਾਂਦਾ ਹੈ ਕਿ ਇਹਦਾ ਧਿਆਨ ਕਿਧਰੇ ਹੋਰ ਸੀ ਪਰ ਜਦੋਂ 50 ਸਾਲਾਂ ਦਾ ਵਿਅਕਤੀ ਕੁਝ ਭੁੱਲ ਜਾਏ ਤਾਂ ਕਿਹਾ ਜਾਂਦਾ ਹੈ ਕਿ ਬੁੱਢਾ ਹੋ ਰਿਹਾ ਹੈ ਇਸ ਉਮਰ ਦਾ ਵਿਅਕਤੀ ਦੂਜਿਆਂ ਦੇ ਰਿਟਾਇਰ ਹੋਣ ਤੇ ਖੁਸ਼ ਹੁੰਦਾ ਹੈ ਪਰ ਆਪਣੀ ਰਿਟਾਇਰਮੈਂਟ ਬਾਰੇ ਸੋਚ ਕੇ ਦੁਖੀ ਹੁੰਦਾ ਹੈ। ਕਈ ਵਿਅਕਤੀ ਇਸ ਹੱਦ ਤੱਕ ਨਿਕੰਮੇ ਹੁੰਦੇ ਆ ਕਿ ਉਹਨਾਂ ਕੋਲ ਆਪਣੇ ਬਾਰੇ ਦੱਸਣ ਲਈ ਸਿਵਾਏ ਆਪਣੀ ਉਮਰ ਦੇ ਹੋਰ ਕੁਝ ਨਹੀਂ ਹੁੰਦਾ। 50 ਸਾਲਾਂ ਦਾ ਤਜਰਬੇਕਾਰ ਵਿਅਕਤੀ ਆਪਣੇ ਸਾਥੀਆਂ ਦੇ ਸਤਿਕਾਰ ਦਾ ਪਾਤਰ ਹੁੰਦਾ ਹੈ ਪਰ 50 ਸਾਲਾਂ ਦਾ ਨਿਕੰਮਾ ਬੰਦਾ ਦੂਜਿਆਂ ਦੇ ਹਾਸੇ ਮਖੌਲ ਦਾ ਕਾਰਨ ਬਣਦਾ ਹੈ। ਜਿਨ੍ਹਾਂ ਨੇ ਜਵਾਨੀ 'ਚ ਮਿਹਨਤ ਕੀਤੀ ਹੁੰਦੀ ਹੈ 50 ਸਾਲ ਦੀ ਉਮਰ ਚ ਆਪਣੀ ਪ੍ਰਾਪਤੀ ਦੀ ਸਿਖਰ ਤੇ ਜਾਂ ਉਹਦੇ ਨੇੜੇ ਤੇੜੇ ਪਹੁੰਚ ਚੁੱਕੇ ਹੁੰਦੇ ਆ 50 ਸਾਲ ਦੀ ਉਮਰ 'ਚ ਪਹੁੰਚ ਕੇ ਪਤੀ ਤੇ ਪਤਨੀ ਪੁਰਸ਼ ਤੇ ਇਸਤਰੀ ਸਾਲਾਂ ਬਾਰੇ ਸੋਚਦੇ ਆ ਦਹਾਕਿਆਂ ਸਦੀਆਂ ਬਾਰੇ ਨਹੀਂ ਪੁਰਸ਼ ਤੇ ਇਸਤਰੀ ਜਿੱ ਇੱਕ ਦੂਜੇ ਵਾਸਤੇ ਪ੍ਰੇਮੀਆਂ ਵਾਂਗ ਵਿਛਰਣ ਦੀ ਸਮਰੱਥਾ ਨਹੀਂ ਰਹਿੰਦੀ ਸੋ ਅਜਨਬੀਆਂ ਨੂੰ ਭਰਾ ਜੀ ਜਾਂ ਭੈਣ ਜੀ ਬੇਟਾ ਜਾਂ ਬੇਟੀ ਕਹਿੰਦੇ ਆ ਇਹ ਉਮਰ 'ਚ ਸਭ ਤੋਂ ਵਧੇਰੇ ਦੁਖੀ ਹੁੰਦੇ ਆ ਜਿਹੜੇ ਅਜੇ ਵੀ ਜਵਾਨ ਪ੍ਰਤੀਤ ਹੋਣਾ ਚਾਹੁੰਦੇ ਆ ਅਦੇ ਵਿਅਕਤੀ ਆਪਣੇ ਆਪ ਨਾਲ ਲੁਕਣ ਮਿੱਟੀ ਖੇਡਦੇ ਐ 50 ਸਾਲ ਦੀ ਉਮਰ ਅੱਕਣ ਥੱਕਣ ਪਛਤੌਣ ਜਾਂ ਚੁਰਨ ਜਾਂ ਬੁੱਢੇ ਹੋਣ ਦਾ ਸਮਾਂ ਨਹੀਂ ਸਿਆਣੇ ਹੋਣ ਦਾ ਵੇਲਾ ਹੁੰਦੀ ਹੈ ਧੰਨਵਾਦ